ਪੁੱਤਰ ਦਿਨ ਜਾਂਦਾ ਪਿਆ 12:30 ਤੋਂ ਮੈਨੂੰ ਫੇਰਦੇ ਆ ਸਾਰਾ ਦਿਨ ਖਤਮ ਹੁੰਦਾ ਜਾਂਦਾ ਮੇਰੇ ਸੋਣਾ ਫਿਰ ਮੇਰੀ ਗੱਲ ਸੁਣ ਜਦੋਂ ਉਹ ਹੋਈ ਠੰਡ ਹੋ ਗਈ ਫਿਰ ਉਦੋਂ ਨਾ ਸ਼ਾਮ ਨੂੰ ਸ਼ਰੀਰ ਵੀ ਹੁਣ ਆਈ ਨਹੀਂ ਜਾਂਦੀ ਉਹਦੀ ਮਾਂ ਉਹਨਾਂ ਨੂੰ ਸਾਰਿਆਂ ਨੂੰ ਨਹਾਉਂਦੀ ਛੋਟੇ ਉਹਦੇ ਭਾਈ ਨੂੰ ਵੀ ਪੰਪ ਚਲਾ ਕੇ ਸਾਰਿਆਂ ਨੂੰ ਸਭ ਨੂੰ ਨਹਾਉਂਦੀ ਪੰਪ ਦੇ ਪਾਣੀ ਦੇ ਨਾਲ ਨਹੀਂ ਉਹ ਸਗੋਂ ਆਪ ਪੰਪ ਦੇ ਪਾਣੀ ਨਾਲ ਨਹਾਉਣਾ ਕਰਨਾ ਉਹ ਟੈਂਕੀ ਦੇ ਪਾਣੀ ਨਾਲ ਹੀ ਨਹਾਈ ਜਾਂਦੀ ਇੰਨਾ ਠੰਡਾ ਮਾਂ ਮੇਰਾ ਰੋਂਦੇ ਵੀ ਹੁੰਦੇ ਤੂੰ ਰੋਣਾ ਨਾ ਉਹ ਭੋਲਾ ਨਹੀਂ ਹੁੰਦੇ ਫਿਰ ਮੈਂ ਕੀ ਤੇਰੀ ਫਿਰ ਮੋਬਾਈਲ ਵੀ ਦੇਖਣ ਦੇ ਨਾਲ ਨਹਾ ਕੇ ਫਿਰ ਛੱਤ ਤੇ ਚੱਲ ਜੀ ਫਿਰ ਮੋਬਾਈਲ ਦੇਖ ਲਈ ਜੀ
तो चलाई खड़ी है।